ਕੋਰੋਨਾ ਵਾਇਰਸ ਨੂੰ ਲੈ ਕੇ ਪੈਨਿਕ ਵੀ ਹੈਗਾ ਔਰ ਇਹਦੇ ਵਿੱਚ ਇਸ ਗੱਲ ਇਹ ਰਿਐਲਿਟੀ ਵੀ ਹੈ ਕਿ ਇਹ ਬੜੀ ਖਤਰਨਾਕ ਹੈ ਜੇ ਇਹ ਚੀਜ਼ ਹੱਥੋਂ ਬਾਹਰ ਨਿਕਲ ਗਈ। ਇਹਦਾ ਦੇਖੋ ਬੜਾ ਵੱਡਾ ਐਗਜ਼ਾਮਪਲ ਦੇਖੋ ਚਾਈਨਾ ਔਰ ਇਟਲੀ ਹਨ, ਜਿੱਥੋਂ ਇਹ ਚਾਈਨਾ ਤੋਂ ਓਰਿਜਿਨੇਟ ਹੋਈ ਔਰ ਇਹ ਘੁੰਮ ਕੇ ਉੱਥੇ ਯੂਰਪ 'ਚ ਪਹੁੰਚ ਗਈ। ਸੋ ਇਹ ਆਪਣੇ ਇੱਥੇ ਦੀ ਤਾਂ ਬਿਮਾਰੀ ਹੈ ਨਹੀਂ, ਇਹ ਓਰਿਜਿਨ ਇਹਦਾ ਉੱਥੇ ਵੁਹਾਨ ਦਾ ਸੀਗਾ ਔਰ ਇਹ ਘੁੰਮ ਕੇ ਜਿਹੜੇ ਜਿਹਨਾਂ ਲੋਕਾਂ ਦੀ ਟਰੈਵਲ ਹਿਸਟਰੀ ਹੈਗੀ ਉਹਨਾਂ ਦੇ ਰਾਹੀਂ ਇਹ ਘੁੰਮ ਕੇ ਤਾਂ ਇਟ ਹੈਜ਼ ਰੀਚਡ ਇੰਡੀਆ। ਸੋ ਇੰਡੀਆ 'ਚ ਵੀ ਆਪਣਾ ਕੁਛ ਡੈਥਸ ਵੀ ਹੋਈਆਂ ਹੈਗੀਆਂ, ਪੋਜ਼ਿਟਿਵ ਕੇਸਿਸ ਵੀ ਹੈਗੇ ਆ। ਸੋ ਇਸ ਚੀਜ਼ ਨੂੰ ਬਚਣ ਵਾਸਤੇ ਜਿਹੜਾ ਹੈ ਉਹ ਆਪਾਂ ਨੂੰ ਪ੍ਰੀਕੋਸ਼ਨਸ ਲੈਣ ਦੀ ਲੋੜ ਹੈ, ਸੋਸ਼ਲ ਡਿਸਟੈਂਸਿੰਗ ਦੀ ਲੋੜ ਹੈਗੀ ਹੈ, ਆਪਣੇ ਆਪ ਨੂੰ ਆਈਸੋਲੇਟ ਕਰਨ ਦੀ ਲੋੜ ਹੈ ਆਪਣੇ ਪਰਿਵਾਰ ਦੇ ਨਾਲ। ਸੋ ਜੋ ਮਾਹਰ ਹੈ ਉਹ ਇਹ ਕਹਿੰਦੇ ਹਨ ਕਿ ਇਹ ਵਾਇਰਸ ਦੀ ਜਿਹੜੀ ਇੱਕ ਇਹਨੂੰ ਜੇ ਮੈਂ ਵਰਡ ਸ਼ੈਲਫ ਲਾਈਫ ਯੂਜ਼ ਕਰਾਂ ਅਤੇ ਇਹ 7-8 ਘੰਟੇ ਜੇ ਇੱਥੇ ਟੇਬਲ 'ਤੇ ਇਹ ਵਾਇਰਸ ਜੇ ਬੈਠਾ ਹੈ ਕਿਤੇ ਅਤੇ ਇਹ 7 ਜੇ ਇਹਨੂੰ ਹੋਰ ਕੋਈ ਹਿਊਮਨ ਬਾਡੀ ਜਾਂ ਕੋਈ ਹੋਰ ਮੀਡੀਅਮ ਨਹੀਂ ਮਿਲੂਗਾ ਅਤੇ ਇਹ 7-8 ਘੰਟੇ ਵਿੱਚ ਇਹ ਆਪਣੇ ਆਪ ਜਿਹੜਾ ਹੈ ਇਹ ਇਹਦੀ ਡੈਥ ਹੋ ਜਾਂਦੀ ਹੈ। ਲੇਕਿਨ ਜੇ ਆਪਾਂ ਥਾਂ ਥਾਂ 'ਤੇ ਪਬਲਿਕ ਪਲੇਸਿਸ 'ਤੇ ਕਿਤੇ ਟੇਬਲ 'ਤੇ ਕਿਤੇ ਦਰਵਾਜ਼ੇ ਦੇ ਹੈਂਡਲ 'ਤੇ ਜਾਂ ਕਿਸੇ ਪਬਲਿਕ ਟਰਾਂਸਪੋਰਟ 'ਚ ਕਿਤੇ ਹੱਥ ਲਗਾਵਾਂਗੇ ਔਰ ਇਹਦੇ ਕੰਟੈਕਟ 'ਚ ਆ ਜਾਂਦੇ ਹੈਗੇ ਫਿਰ ਇਹ ਬੋਡੀ ਵਿੱਚ ਜਿਹੜਾ ਹੈ ਐਂਟਰ ਕਰ ਜਾਂਦਾ ਹੈਗਾ। ਤਦ ਇਹਦੇ ਵਿੱਚ ਵਾਰ ਵਾਰ ਇਹ ਕਿਹਾ ਜਾਂਦਾ ਹੈਗਾ ਕਿ ਆਪਣੇ ਅੱਖਾਂ ਨੂੰ, ਨੱਕ ਨੂੰ, ਮੂੰਹ ਨੂੰ ਵਾਰ ਵਾਰ ਆਪਾਂ ਹੱਥ ਨਾ ਲਾਈਏ, ਹੱਥ ਜਿਹੜੇ ਫਰੀਕੁਐਂਟਲੀ ਆਪਾਂ ਨਾਲ ਸੋਪ ਨਾਲ ਧੋਂਦੇ ਰਹੀਏ ਔਰ ਜੇ ਕਿਤੇ ਆਪਣੇ ਕੋਲ ਹੱਥ ਧੋਣ ਦਾ ਕੋਈ ਸਾਧਨ ਨਹੀਂ ਹੈ ਤਾਂ ਆਪਾਂ ਛੋਟਾ ਜਿਹਾ ਸੈਨੇਟਾਈਜ਼ਰ ਜ਼ਰੂਰ ਨਾਲ ਕੈਰੀ ਕੀਤਾ ਜਾਵੇ। ਬੱਚਿਆਂ ਨੂੰ, ਯੂਥ ਨੂੰ ਬਾਹਰ ਜਿਹੜਾ ਹੈ ਅਨਨੈਸੈਸਰੀ ਬੇਵਜ੍ਹਾ ਜਿਹੜਾ ਹੈ ਉਹਨਾਂ ਦਾ ਤੋਰਾ ਫੇਰਾ ਜਿਹੜਾ ਹੈਗਾ ਰੋਕਿਆ ਜਾਵੇ, ਆਪਣੀ ਮੂਵਮੈਂਟ ਵੀ ਰਿਸਟ੍ਰਿਕਟ ਕੀਤੀ ਜਾਵੇ। ਜੇ ਕੋਈ ਬਹੁਤ ਜ਼ਰੂਰੀ ਕੋਈ ਕੰਮ ਹੈਗਾ ਭਾਵਾਂ ਉਹ ਜੇ ਤੁਸੀਂ ਕੋਈ ਘਰ ਦੀ ਕੋਈ ਜ਼ਰੂਰੀ ਚੀਜ਼ਾਂ ਖਰੀਦਣੀਆਂ ਹਨ ਜਾਂ ਤੁਸੀਂ ਕੋਈ ਮੈਡੀਕਲ ਕੋਈ ਕੈਮਿਸਟ 'ਤੇ ਜਾਣਾ ਹੈ, ਕੋਈ ਦਵਾਈ ਲੈਣੀ ਹੈਗੀ, ਉੱਥੇ ਤੱਕ ਆਪਣੇ ਆਪ ਨੂੰ ਸੀਮਿਤ ਰੱਖਿਆ ਜਾਵੇ। ਬੇਵਜ੍ਹਾ ਜਿਹੜਾ ਹੈ ਮਾਰਕੀਟ ਵਿੱਚ ਪਬਲਿਕ ਪਲੇਸ 'ਤੇ ਜਿਹੜਾ ਨਾ ਜਾਇਆ ਜਾਵੇ। ਬਜ਼ੁਰਗਾਂ ਨੂੰ ਜਿਹੜਾ ਹੈਗਾ ਇਹਨੂੰ ਉਹਨਾਂ ਦੀ ਕਿਉਂਕਿ ਇਮਿਊਨਿਟੀ ਵੀ ਲੋਅ ਹੁੰਦੀ ਹੈਗੀ, ਇਹ ਸਪੈਸ਼ਲੀ ਵੇਖਣ ਵਿੱਚ ਆਇਆ ਹੈ ਪਿੱਛੇ ਜਿਹੜੇ ਡਾਇਬਿਟਿਕ ਜਾਂ ਜਿਹੜੇ ਹਾਈਪਰਟੈਂਸ਼ਨ ਦੇ ਪੇਰੈਂਟ ਸੀਗੇ ਉਹ ਪੇਸ਼ੈਂਟ ਸੀਗੇ ਉਹਨਾਂ ਦੇ ਜਿਹੜੀ ਫਰਟੈਲਿਟੀ ਰੇਟ ਉਹਦੇ ਵਿੱਚ ਜ਼ਿਆਦਾ ਸੀਗਾ। ਸੋ ਇਹਨਾਂ ਚੀਜ਼ਾਂ ਦਾ ਜੇ ਆਪਾਂ ਧਿਆਨ ਰੱਖਾਂਗੇ ਤਾਂ ਆਪਾਂ ਇਸ ਤੋਂ ਬਚ ਸਕਦੇ ਹੈਗੇ। ਇਹ ਜਿਹੜੇ ਆਉਣ ਵਾਲੇ 10-15 ਦਿਨ ਹੈਗੇ ਆ ਇਹ ਕਰੂਸ਼ਲ ਨੇ ਆਪਣੇ ਵਾਸਤੇ। ਇਹਦੇ ਹੀ ਕਾਰਨ ਹੈ ਕਿ ਪ੍ਰਾਈਮ ਮਿਨਿਸਟਰ ਸਾਹਿਬ ਨੇ ਵੀ ਜਿਹੜਾ ਇੱਕ ਜਨਤਾ ਕਰਫਿਊ ਜਿਹੜਾ 22 ਤਰੀਕ ਨੂੰ ਐਤਵਾਰ ਨੂੰ ਜਿਹੜਾ ਲੱਗਣਾ ਹੈਗਾ ਉਹ ਸਿਰਫ ਇਹੀ ਹੈ ਕਿ ਆਈਸੋਲੇਸ਼ਨ ਵਿੱਚ ਹਰ ਕੋਈ ਆਪਣੇ ਘਰ ਦੀ ਚਾਰ ਦੀਵਾਰੀ ਵਿੱਚ ਇੱਕ ਸੇਫ ਇਨਵਾਇਰਮੈਂਟ ਵਿੱਚ ਰਹੇਗਾ ਅਤੇ ਇਹ ਵਾਇਰਸ ਦਾ ਨੂੰ ਕੋਈ ਮੀਡੀਅਮ ਨਹੀਂ ਮਿਲੇਗਾ। ਇਹ ਵਾਇਰਸ ਜਿਹੜਾ ਹੈ ਇਹ ਹੌਲੀ ਹੌਲੀ ਆਪਣੇ ਆਪ ਹੀ ਜਿਹੜਾ ਇਹਦੀ ਡੈਥ ਹੋ ਜਾਏਗੀ, ਇਹ ਖਤਮ ਹੋ ਜਾਏਗਾ। ਸਰ ਮਾਰਕੀਟ ਦੇ ਵਿੱਚ ਮਾਸਕ ਨੂੰ ਔਰ ਸੈਨੀਟਾਈਜ਼ਰ ਨੂੰ ਲੈ ਕੇ ਕਾਲਾਬਾਜ਼ਾਰੀ ਦੀਆਂ ਵੀ ਕੁਝ ਸ਼ਿਕਾਇਤਾਂ ਆ ਰਹੀਆਂ ਸਰ ਉਹਦੇ ਵਾਸਤੇ ਪ੍ਰਸ਼ਾਸਨ ਮੇਰੇ ਤੁਸੀਂ ਹੁਣ ਧਿਆਨ ਵਿੱਚ ਲਿਆਂਦਾ ਹੈ। ਅਸੀਂ ਆਲਰੇਡੀ ਜਿਹੜੀ ਹੈਗੀ ਆ ਮੈਂ ਮੀਟਿੰਗ ਜਿਹੜੀ ਹੈ ਉਹਨਾਂ ਦੀ ਕੈਮਿਸਟ ਐਸੋਸੀਏਸ਼ਨ ਦੀ ਜਿਹੜੀ ਹੈਗੀ ਮੀਟਿੰਗ ਸੱਦ ਲਈ ਹੈਗੀ ਆ। ਮਾਸਕ ਔਰ ਤੁਹਾਡਾ ਸੈਨੇਟਾਈਜ਼ਰ ਇਹ ਗਵਰਨਮੈਂਟ ਆਫ ਇੰਡੀਆ ਨੇ ਅੰਡਰ ਦਾ ਅਸੈਂਸ਼ੀਅਲ ਕਮੋਡਿਟੀਜ਼ ਐਕਟ ਇਹਨਾਂ ਦੋਹਾਂ ਨੂੰ ਅਸੈਂਸ਼ੀਅਲ ਕਮੋਡਿਟੀ ਜਿਹੜਾ ਅਨਾਊਂਸ ਕਰ ਦਿੱਤਾ ਹੈਗਾ। ਸੋ ਇਹਦੇ ਵਿੱਚ ਕੋਈ ਹੋਰਡਿੰਗ ਜਾਂ ਕਿਸੇ ਕਿਸਮ ਦੀ ਕੋਈ ਕਾਲਾ ਬਾਜ਼ਾਰੀ ਅਸੀਂ ਬਿਲਕੁਲ ਵੀ ਟੋਲਰੇਟ ਨਹੀਂ ਕਰਾਂਗੇ। ਇੱਕ ਵਾਰੀ ਮੀਟਿੰਗ ਉਹਨਾਂ ਨਾਲ ਕਰਨੀ ਜ਼ਰੂਰੀ ਹੈਗੀ, ਉਹਨਾਂ ਨੂੰ ਬੜਾ ਕਲੀਅਰ ਕੱਟ ਅਸੀਂ ਦੱਸ ਦਿਆਂਗੇ ਕਿ ਜਿੱਥੇ ਕਿਤੇ ਸਾਡੇ ਨੋਟਿਸ ਵਿੱਚ ਆਈ ਅਤੇ ਅਸੀਂ ਉਹਦੇ ਖਿਲਾਫ ਲੀਗਲ ਐਕਸ਼ਨ ਲਵਾਂਗੇ ਐਂਡ ਉਹਨਾਂ ਦੇ ਅਸੀਂ ਜਿਹੜੇ ਹੈਗੇ ਉਹ ਸਟੋਕ ਰਜਿਸਟਰ ਚੈੱਕ ਕਰਾਂਗੇ ਵੀ ਕਿੰਨਾ ਉਹਨਾਂ ਕੋਲ ਸਟੋਕ ਸੀਗਾ, ਕਿੰਨਾ ਉਹਨਾਂ ਨੇ ਹੋਰ ਮੰਗਵਾਇਆ ਹੈਗਾ ਐਂਡ ਕਿੰਨਾ ਉਹਨਾਂ ਕੋਲ ਸ਼ੈਲਫ 'ਤੇ ਅਵੇਲੇਬਲ ਹੈਗਾ, ਵੀ ਵਿਲ ਚੈੱਕ ਆਊਟ। ਸਰ ਕੁਛ
ਡੁਪਲੀਕੇਟ ਵੀ ਸਾਹਮਣੇ ਆ ਰਹੇ ਸੈਨੀਟਾਈਜ਼ਰ ਵਗੈਰਾ ਉਹਦੇ ਵਰਗੇ ਡੁਪਲੀਕੇਟ ਜੇ ਕੋਈ ਦੇਖੋ ਤੁਹਾਡੇ ਨੋਟਿਸ ਆਉਂਦੇ ਹੈਗੇ ਵੈਸੇ ਤਾਂ ਬ੍ਰਾਂਡਡ ਚੀਜ਼ ਹੈਗੀ ਹੈ ਜਿੱਥੇ ਕਿਤੇ ਆਪਾਂ ਨੂੰ ਐਂ ਮਹਿਸੂਸ ਹੁੰਦਾ ਹੈਗਾ ਵੀ ਡੁਪਲੀਕੇਟ ਹੈ ਤੁਹਾਡੇ ਨੋਟਿਸ 'ਚ ਆਉਂਦਾ ਹੈ ਕਿਸੇ ਦੇ ਵੀ ਨੋਟਿਸ 'ਚ ਆਉਂਦਾ ਹੈ ਸਰ ਇੱਕ ਲੋਕਾਂ ਦੇ ਮਨ 'ਚ ਹੋਰ ਵੀ ਬੜਾ ਡਰ ਹੈ ਕਿ ਮਾਰਕੀਟ ਬੰਦ ਹੋ ਜਾਏਗੀ ਸਬਜ਼ੀਆਂ ਨਹੀਂ ਮਿਲਣਗੀਆਂ ਕਰਿਆਨਾ ਨਹੀਂ ਮਿਲੇਗਾ ਮੈਂ ਬੜਾ ਇਹ ਕਲੀਅਰਲੀ ਦੱਸ ਦੇਵਾਂ ਇਹ ਮੇਰਾ ਮੈਸੇਜ ਤੁਸੀਂ ਲੋਕਾਂ 'ਤੇ ਜ਼ਰੂਰ ਪਹੁੰਚਾਓ ਕਿ ਬਿਲਕੁਲ ਕੋਈ ਲੋਕਡਾਊਨ ਬਿਲਕੁਲ ਨਹੀਂ ਹੋ ਰਿਹਾ ਹੈਗਾ ਇਹ ਪ੍ਰਾਈਮ ਮਿਨਿਸਟਰ ਸਾਹਿਬ ਨੇ ਵੀ ਕਹਿ ਦਿੱਤਾ ਹੈਗਾ ਇਹ CM ਸਾਹਿਬ ਨੇ ਵੀ ਕਹਿ ਦਿੱਤਾ ਹੈਗਾ ਲੋਕਡਾਊਨ ਨਹੀਂ ਹੈਗਾ ਸਿਰਫ ਔਰ ਸਿਰਫ ਆਪਾਂ ਆਪਣੀ ਬੇਵਜ੍ਹਾ ਦੀ ਜਿਹੜੀ ਮੂਵਮੈਂਟ ਹੈਗੀ ਹੈ ਕਿਉਂਕਿ ਸਕੂਲ ਔਰ ਕਾਲਜ ਬੰਦ ਹੈਗੇ ਬੱਚਿਆਂ ਨੂੰ ਘਰੇ ਬਹਿਣਾ ਔਖਾ ਲੱਗਦਾ ਹੈਗਾ ਲੇਕਿਨ ਆਪਾਂ ਨੂੰ ਐਜ਼ ਸੀਨੀਅਰਸ ਉਹਨਾਂ ਨੂੰ ਘਰੇ ਬਿਠਾਉਣਾ ਪਏਗਾ ਬਾਹਰ ਜਾਣ ਦਾ ਕੋਈ ਮਤਲਬ ਨਹੀਂ ਹੈਗਾ ਬਾਹਰ ਆਪਾਂ ਜਾਂਦੇ ਹਾਂ ਇਹਦਾ ਮਤਲਬ ਆਪਾਂ ਆਪਣੇ ਆਪ ਨੂੰ ਰਿਸਕ 'ਤੇ ਪਾ ਰਹੇ ਹਾਂ ਆਪਾਂ ਕਿਉਂ ਆਪਣੇ ਆਪ ਨੂੰ ਰਿਸਕ 'ਤੇ ਪਾਉਣਾ ਚਾਹੁੰਦੇ ਹਾਂ ਆਪਾਂ ਥੋੜ੍ਹਾ ਜਿਹਾ ਆਪਣੇ ਆਪ 'ਤੇ ਕੰਟਰੋਲ ਕਰਕੇ ਬੱਚਿਆਂ 'ਤੇ ਕੰਟਰੋਲ ਕਰਕੇ ਫੈਮਿਲੀ 'ਤੇ ਕੰਟਰੋਲ ਕਰਕੇ ਬਾਹਰ ਇੱਕ ਬੰਦਾ ਜਾਵੇ ਜਿਹੜਾ ਕਿ ਘਰ ਦੀ ਜਿਹੜੀ ਜ਼ਰੂਰਤ ਦੇ ਸਮਾਨ ਉਹ ਲੈ ਕੇ ਆ ਜਾਵੇ ਸਰ ਜਿਵੇਂ ਕਿ ਸਿੰਪਟਮਸ ਕਿਸੇ ਨੂੰ ਨਜ਼ਰ ਆ ਰਹੇ ਆ ਉਹ ਲੋਕਲ ਰੈਜੀਡੈਂਟ ਹੈ ਉਹਨੂੰ ਹੀ ਇਗਨੋਰ ਕੀਤਾ ਜਾਂਦਾ ਜਾਂ ਜਿਹੜੇ ਕਿਤੇ ਬਾਹਰੋਂ ਆਉਣਗੇ ਉਹਨਾਂ ਨੂੰ ਚੈੱਕ ਕੀਤਾ ਜਾਏਗਾ ਦੇਖੋ ਜਿਹੜਿਆਂ ਦੀ ਤਾਂ ਟਰੈਵਲ ਹਿਸਟਰੀ ਹੈ ਉਹਨਾਂ ਨੂੰ ਤਾਂ ਓਬਜ਼ਰਵ ਕਰਨਾ ਹੀ ਕਰਨਾ ਹੈ ਉਹਨਾਂ ਨੂੰ ਹੋਮ ਕੁਆਰੰਟਾਈਨ ਕਰਨਾ ਹੈ ਅੰਟਿਲ ਕਿ ਸਿੰਪਟਮਸ ਜਿਹੜੇ ਹੈ ਉਹ ਵਿਜ਼ੀਬਲ ਨਹੀਂ ਹੋਣੇ ਸ਼ੁਰੂ ਹੋਣਗੇ ਜਦੋਂ ਸਿੰਪਟਮ ਵਿਜ਼ੀਬਲ ਹੋਣੇ ਸ਼ੁਰੂ ਹੋਣਗੇ ਫਿਰ ਡਾਕਟਰਸ ਜਿਹੜੇ ਆ ਉਹ ਹਰਕਤ 'ਚ ਆਉਣਗੇ ਜਿਵੇਂ ਕੱਲ੍ਹ ਸਾਨੂੰ ਰੌਕੇ ਪਿੰਡ ਵਿੱਚ ਇੱਕ ਕੇਸ ਪਤਾ ਲੱਗਿਆ ਸੀਗਾ ਉਹ ਲੇਡੀ ਨੂੰ ਉਹ ਸਿੰਪਟਮ ਸੀਗੇ ਲੇਕਿਨ ਜਦੋਂ ਉਹਨਾਂ ਨੇ ਸਿੰਪਟੋਮੈਟਿਕਲੀ ਉਹਨੂੰ ਚੈੱਕ ਕੀਤਾ ਤਾਂ ਉਹ ਨੈਗੇਟਿਵ ਆਏ ਮਤਲਬ ਉਹਦੇ ਨੂੰ ਕੋਰੋਨਾ ਵਾਇਰਸ ਦਾ ਕੋਈ ਬਿਲਕੁਲ ਪ੍ਰਿਕੋਸ਼ਨਰੀ ਤਰੀਕੇ ਨਾਲ ਤਾਂ ਮਤਲਬ ਬਿਲਕੁਲ ਚੈੱਕ ਕਰਨਾ ਪਏਗਾ ਜਿਹਨੂੰ ਕਿਸੇ ਨੂੰ ਮਤਲਬ ਰਨਿੰਗ ਨੋਜ਼ ਨੱਕ ਵਗਦਾ ਹੋਵੇ ਗਲੇ 'ਚ ਖਰਾਸ਼ ਹੋਵੇ ਛਿੱਕਾਂ ਆਉਂਦੀਆਂ ਹੋਣ ਖਾਂਸੀ ਹੋਵੇ ਥੋੜ੍ਹਾ ਬਹੁਤ ਫੀਵਰ ਹੋਵੇ ਜਾਂ ਐਟ ਐਡਵਾਂਸ ਸਟੇਜ ਵੀ ਥੋੜ੍ਹਾ ਬਹੁਤ ਡਾਇਰੀਆ ਦੀ ਪ੍ਰੋਬਲਮ ਹੋਵੇ ਤਾਂ ਇਹ ਇਹ ਜਿਹੜੇ ਸਾਰੇ ਲੱਛਣ ਜਿਹੜੇ ਹੈਗੇ ਇਹ ਕਰੋਨਾ ਵਾਇਰਸ ਡਿਪਾਰਟਮੈਂਟ ਨੂੰ ਸਰ ਕਿਸ ਤਰ੍ਹਾਂ ਦੀ ਹਦਾਇਤ ਡਿਪਾਰਟਮੈਂਟ ਸਿਹਤ ਵਿਭਾਗ ਕੋਵਿਡ-19 ਦੇ ਬਾਰੇ ਵਿੱਚ ਜੋ ਪੁਲਿਸ ਡਿਪਾਰਟਮੈਂਟ ਡਿਸਟ੍ਰਿਕਟ ਮੋਗਾ ਦਾ ਅਸੀਂ ਸਾਰੇ ਜਿੰਨੇ ਵੀ ਸਾਡੇ ਸਬ ਡਿਵੀਜ਼ਨ ਸਾ ਥਾਣੇ ਚੌਕੀਆਂ ਉੱਥੇ ਅਸੀਂ ਸਾਰੇ ਹੀ ਜਿਹੜੇ ਹੈਗੇ ਆ ਇਹ ਸਕੁਐਡਸ ਬਣਾ ਤੇ ਆ ਪਲੱਸ ਨੂਡਲ ਅਫਸਰ ਅਸੀਂ ਲਾ ਤੇ ਆ ਜਿਹੜੇ ਸਾਡੇ ਇਸ ਮਕਸਦ ਲਈ ਜਿਹੜੇ ਸਕੁਐਡ ਬਣਾਏ ਗਏ ਆ ਉਹ ਅਸਿਸਟ ਕਰਨਗੇ ਸਿਵਲ ਅਥਾਰਟੀਜ਼ ਨੂੰ ਅਤੇ ਹੈਲਥ ਅਥਾਰਟੀਜ਼ ਨੂੰ ਜਿੱਥੇ ਵੀ ਉਹਨਾਂ ਨੇ ਜਾਣਾ ਵਾ ਜਿੱਥੇ ਵੀ ਪੁਲਿਸ ਅਸਿਸਟੈਂਸ ਦੇ ਨਾਲ ਇਹਨਾਂ ਨੂੰ ਰਿਕੁਐਸਟ ਕੀਤੀ ਅਸੀਂ ਕਿਉਂਕਿ ਕਈ ਥਾਂ 'ਤੇ ਜਿਹੜਾ ਵੀ ਕੋਈ ਪੀੜਿਤ ਹੁੰਦਾ ਵਾ ਉਹ ਅਸਿਸਟੈਂਸ ਸ਼ੋਅ ਕਰਦਾ ਵਾ ਲੋਕਲ ਅਥਾਰਟੀਜ਼ ਨੂੰ ਮੈਡੀਕਲ ਅਥਾਰਟੀਜ਼ ਨੂੰ ਜਾਂ ਸਿਵਲ ਅਥਾਰਟੀਜ਼ ਨੂੰ ਤਾਂ ਵੀ ਹੈਵ ਰਿਕੁਐਸਟਡ ਦੈਮ ਕਿ ਉਹ ਸਾਡੇ ਕੋਲੋਂ ਪੁਲਿਸ ਅਸਿਸਟੈਂਸ ਲੈ ਕੇ ਹੀ ਜਾਣ ਅਤੇ ਜਿਹੜੇ ਸਾਡੇ ਸਕੁਐਡਸ ਆ ਉਹਨਾਂ ਨੇ ਮੌਕ ਡਰਿਲਸ ਕੀਤੀ ਗਈਆਂ ਦੇ ਆਰ ਵੈਲ ਟ੍ਰੇਨਡ ਟੂ ਹੈਂਡਲ ਐਨੀ ਆਫ ਦੀ ਸਸਪੈਕਟ ਸੋ ਸਾਡੇ ਕੋਲ ਇਹਨਾਂ ਨੂੰ ਇਹ ਵੀ ਰਿਕੁਐਸਟ ਕੀਤੀ ਗਈ ਆ ਲੋਕਲ ਅਥਾਰਟੀਜ਼ ਨੂੰ ਕਿ ਜਿੱਥੋਂ ਤੱਕ ਇਹਨਾਂ ਨੂੰ ਐਂਬੂਲੈਂਸਿਸ ਦੀ ਜੇ ਕੋਈ ਘਾਟ ਦੀ ਮਹਿਸੂਸ ਹੋਵੇ ਤਾਂ ਸਾਡੇ ਕੋਲ ਇਹੋ ਜਿਹੀਆਂ ਗੱਡੀਆਂ ਹੈਗੀਆਂ ਵਿੱਚ ਕੈਨ ਬੀ ਕਨਵਰਟਿਡ ਇਨ ਟੂ ਐਂਬੂਲੈਂਸ ਐਟ ਇਨ ਐਟ ਅ ਵੈਰੀ ਸ਼ੋਰਟ ਇਨ ਅ ਵੈਰੀ ਸ਼ੋਰਟ ਟਾਈਮ ਸੋ ਇਹ ਸਾਰੀਆਂ ਚੀਜ਼ਾਂ 'ਚ DC ਸਾਹਿਬ ਦੇ ਨਾਲ ਬਾਕੀ ਨੇ ਜਿੰਨੀਆਂ ਵੀ ਇਹਨਾਂ ਦੀਆਂ ਡਿਸਟ੍ਰਿਕਟ ਦੀਆਂ ਸਿਵਲ ਅਥਾਰਟੀਜ਼ ਸੀ ਸਾਡਾ ਪੂਰਾ ਕੋਆਰਡੀਨੇਸ਼ਨ ਇਹਨਾਂ ਦੇ ਨਾਲ ਬਣ ਚੁੱਕਾ ਮੈਂ ਡਿਸਟ੍ਰਿਕਟ ਪੁਲਿਸ ਮੋਗੇ ਵੱਲੋਂ ਸਿਰਫ ਇੱਥੋਂ ਦੀ ਮੋਗਾ ਜ਼ਿਲ੍ਹਾ ਦੀ ਪੰਜਾਬ ਦੀ ਜਨਤਾ ਨੂੰ ਇੱਕੋ ਹੀ ਅਪੀਲ ਕਰੂੰਗਾ ਕਿ ਇਹ ਇੱਕ ਬਿਮਾਰੀ ਆ ਇੱਕ ਇਹ ਹਵਾ ਜਿਹੜੀ ਕਿ ਕਿਸੇ ਸਾਈਡ ਤੋਂ ਆ ਰਹੀ ਆ ਅਤੇ ਇਹਨੇ ਅੱਗੇ ਲੰਘ ਜਾਣਾ ਇਸ ਤੋਂ ਕਿੱਦਾਂ ਬਚਣਾ ਵਾ ਉਹਦਾ ਇੱਕੋ ਹੀ ਤਰੀਕਾ ਵਾ ਸਟੇ ਐਟ ਹੋਮ ਸਟੇ ਐਟ ਹੋਮ ਸਟੇ ਐਟ ਹੋਮ ਜਿੰਨਾ ਤੁਸੀਂ ਆਪਦੇ ਘਰ ਰਹੋਗੇ ਉਨਾ ਬਚਾ ਰੱਖੋਗੇ ਇਹ ਮੰਨ ਕੇ ਚੱਲੋ ਵੀ ਜੇ ਤੁਸੀਂ ਆਪਦੇ ਕਮਰੇ 'ਚੋਂ ਬਾਹਰ ਸਟੈਪ ਇਨ ਕਰਦੇ ਆ
ਤੇ ਤੁਸੀਂ ਆਪਣੇ ਆਪ ਨੂੰ ਸਮਝ ਲਓ ਸੂਸਾਈਡ ਵੱਲ ਲੈ ਕੇ ਜਾ ਰਹੇ ਹਾਂ। ਉਹ ਤੁਸੀਂ ਜੇ 14-15 ਦਿਨ ਆਪਣੇ ਘਰ ਦੇ ਅੰਦਰ ਰਹੋਗੇ, ਤੁਸੀਂ ਵੀ ਸੇਫ ਰਹੋਗੇ, ਤੁਹਾਡਾ ਆਲਾ ਦੁਆਲਾ ਵੀ ਸੇਫ ਰਹੂਗਾ, ਤੁਹਾਡੇ ਬੱਚੇ ਵੀ ਸੇਫ ਰਹਿਣਗੇ। ਸੋ ਇੱਕੋ ਹੀ ਰਿਕੁਐਸਟ ਆ ਕਿ ਘਰ ਦੇ ਵਿੱਚ ਰਹੋ, ਸਟੇ ਐਟ ਹੋਮ। ਇਹ ਥੋੜ੍ਹੇ ਦਿਨਾਂ ਦੀ ਗੱਲ ਆ, ਇਹ ਸਾਰਾ ਕੁਝ ਫਿਰ ਕੁਦਰਤ ਦੇ ਤੌਰ 'ਤੇ ਵੀ ਇਹ ਸਾਰਾ ਕੁਝ ਠੀਕ ਹੋ ਜਾਣਾ। ਬਸ ਇਹਦੇ ਵਿੱਚ ਬਚਾਓ 'ਚ ਹੀ ਬਚਾਓ ਆ। ਸੋ ਤੁਸੀਂ ਇਸ ਚੀਜ਼ ਦੀਆਂ ਜਿੰਨੀਆਂ ਤੁਹਾਨੂੰ ਅਖਬਾਰਾਂ 'ਚ ਵੀ ਆ ਰਿਹਾ, ਬਾਕੀ ਸਾਰੀਆਂ ਲੋਕਲ ਅਥਾਰਟੀਜ਼ ਵੀ ਤੁਹਾਨੂੰ ਦੱਸ ਰਹੀਆਂ, ਉਹ ਪ੍ਰਕੋਸ਼ਨਸ ਜਿਹੜੀਆਂ ਵਾ ਉਹ ਜ਼ਰੂਰ ਲਓ। ਸਰ, ਪੁਲਿਸ ਡਿਪਾਰਟਮੈਂਟ ਇੱਕ ਐਸਾ ਡਿਪਾਰਟਮੈਂਟ ਹੈ ਜਿਸ ਕੋ 24 ਘੰਟੇ ਪਬਲਿਕ ਡੀਲਿੰਗ ਮੇਂ ਰਹਿਣਾ ਪੜਤਾ ਹੈ, ਕੋਈ ਵੀ ਪ੍ਰੋਬਲਮ ਹੋ ਤੋ ਪੁਲਿਸ ਕੋ ਸਬਸੇ ਪਹਿਲੇ ਇਨਫੋਰਮ ਕਰਨਾ ਪੜਤਾ ਹੈ। ਤੋ ਪੁਲਿਸ ਡਿਪਾਰਟਮੈਂਟ ਕੈਸੇ ਅਹਿਤਿਆਤ ਵਰਤ ਰਿਹਾ ਹੈ ਇਸ ਸਾਰੇ ਕਰੋਨਾ ਵਾਇਰਸ ਕੇ ਲੀਏ, ਕਿਉਂਕਿ 24 ਘੰਟੇ ਪਬਲਿਕ ਡੀਲਿੰਗ ਮੇਂ ਰਹਿਣਾ? ਅਸੀਂ ਜਿੰਨੇ ਵੀ ਸਾਡੇ DPO ਦੇ ਉੱਤੇ ਔਫਿਸ ਆ ਡਿਸਟ੍ਰਿਕਟ ਹੈੱਡਕੁਆਟਰਸ 'ਤੇ, ਉਹਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਸ਼ਿਫਟ ਵਾਈਜ਼ ਡਿਊਟੀ ਦੇ ਦਿੱਤੀ ਹੈ ਕਿ ਜੇ ਕਿਸੇ ਅਫਸਰ ਦਾ ਰੀਡਰ ਆ ਰਿਹਾ ਤਾਂ ਉਹਦਾ ਨੈਬ ਰੀਡਰ ਜਿਹੜਾ ਵਾ ਹੀ ਸ਼ੁੱਡ ਸਟੇ ਐਟ ਹੋਮ, ਆਪਦੇ ਘਰ ਰਹੇ, ਅਤੇ ਜੇ ਕੋਈ ਨੈਬ ਰੀਡਰ ਆ ਰਿਹਾ ਤਾਂ ਦੂਸਰਾ ਨਾ ਆਵੇ। ਸੋ ਅਸੀਂ 50% ਆਫ ਦੀ ਫੋਰਸ ਨੂੰ ਅਸੀਂ ਕੱਟ ਸ਼ਾਰਟ ਕੀਤਾ ਹੋਇਆ। ਨਾਲ ਅਸੀਂ ਇਹ ਵੀ ਜਿਹੜਾ ਹੈ ਵਾ ਕਿਤੇ ਵੀ ਜਿੱਥੇ ਸਾਨੂੰ ਇਨਫੋਰਸਮੈਂਟ ਦੀ ਲੋੜ ਪੈਂਦੀ ਆ, ਅਸੀਂ 50 ਜਿਹੜੇ ਪੁਲਿਸ ਅਫਸਰ ਜਾਂ ਮੁਲਾਜ਼ਮਾਂ ਤੋਂ ਉੱਤੇ ਕਿਤੇ ਵੀ ਨਹੀਂ ਭੇਜ ਰਹੇ। ਔਰ ਜੇ ਸਾਨੂੰ ਕਿਤੇ ਭੇਜਣਾ ਪੈਂਦਾ ਵਾ, ਜਿੱਥੇ ਅੱਗੇ ਇੱਕ ਬੱਸ 'ਚ ਸਾਰੇ ਚਲੇ ਜਾਂਦੇ ਸੀ, ਉੱਥੇ ਸਾਨੂੰ 2-3 ਵੀ ਭੇਜਣੀਆਂ ਪੈਂਦੀਆਂ ਤਾਂ ਕਿ ਉਹ ਖੁੱਲ੍ਹੇ ਖੁੱਲ੍ਹੇ ਹੋ ਕੇ ਬੈਠਣ, ਇੱਕ ਦੂਜੇ ਦੇ ਤੋਂ ਘੱਟੋ ਘੱਟ 1 ਮੀਟਰ ਦੀ ਦੂਰੀ ਬਣਾ ਕੇ ਰੱਖਣ। ਸੋ ਵੀ ਆਰ ਟੇਕਿੰਗ ਆਲ ਆਊਟ ਪ੍ਰਕੋਸ਼ਨਸ। ਅਸੀਂ ਸਾਰੇ ਆਪਣੇ DPO ਅਤੇ SSP ਔਫਿਸ 'ਚ ਵੀ ਜਿਹੜਾ ਵੀ ਕੋਈ ਆਉਂਦਾ ਵਾ ਉਹਨੂੰ ਸੈਨੇਟਾਈਜ਼ਰ ਦੇ ਨਾਲ, ਅਸੀਂ 2-2 ਜਵਾਨ ਲਾਏ ਹੋਏ ਆ ਹਰ ਫਲੋਰ 'ਤੇ, ਉਹ ਸੈਨੇਟਾਈਜ਼ਰ ਦੇ ਨਾਲ ਪਬਲਿਕ ਦੇ ਵੀ ਹੱਥ ਜਿਹੜੇ ਆ ਉਹਨੂੰ ਸਟਰਲਾਈਜ਼ ਕਰਦੇ ਆ। ਪਲੱਸ ਸਾਰਿਆਂ ਨੂੰ ਅਸੀਂ ਆਪਦੇ ਸਾਂਝ ਖੇਤਰਾਂ 'ਚੋਂ ਫੰਡਸ ਦੇ ਵਿੱਚੋਂ ਅਸੀਂ ਸਾਰਿਆਂ ਨੂੰ ਮਾਸਕ ਵਗੈਰਾ ਵੀ ਪ੍ਰੋਵਾਈਡ ਕੀਤੇ ਆ। ਜਿਹੜੇ ਸਕੁਐਡਸ ਜਿਨ੍ਹਾਂ ਨੇ ਲੋਕਲ ਅਥਾਰਟੀਜ਼ ਦੇ ਨਾਲ ਰੈਸਕਿਊ ਕਰਨਾ ਵਾ ਕਿਸੇ ਵੀ ਸਸਪੈਕਟ ਨੂੰ, ਤਾਂ ਉਹਨਾਂ ਸਾਰਿਆਂ ਨੂੰ ਅਸੀਂ ਗਲਵਸ ਵਗੈਰਾ, ਮਾਸਕ, ਸੈਨੇਟਾਈਜ਼ਰ, ਉਹ ਸਾਰਾ ਕੁਝ ਉਹਨਾਂ ਨੂੰ ਅਸੀਂ ਪ੍ਰੋਵਾਈਡ ਕੀਤਾ। ਸਰ, ਇਹਨਾਂ ਦਿਨਾਂ ਦੇ ਵਿੱਚ ਜਿਹੜੇ ਧਾਰਮਿਕ ਸਥਾਨ ਨੇ, ਮੰਦਰ, ਮਸਜਿਦ, ਗੁਰਦੁਆਰਾ ਜਿਹੜਾ ਉੱਥੇ ਇਕੱਠ ਆ, ਉਹਦੇ ਵਿੱਚ ਦੇਖੋ ਉਹਦੇ ਵਿੱਚ ਜਿਹੜਾ ਮੰਦਰ, ਅਸੀਂ ਸਾਰੀਆਂ ਅਥਾਰਟੀਜ਼ ਨੂੰ ਵੀ ਕਿਹਾ ਕਿ ਜਿਹੜੇ ਲੋਕ ਜਿਨ੍ਹਾਂ ਦੀ ਆਸਥਾ ਹੈਗੀ ਆ ਗੁਰਦੁਆਰੇ, ਮੰਦਰ ਜਾਂ ਮਸਜਿਦ, ਉਹ ਇੱਕਦਮ ਭੀੜ ਵੇਲੇ ਨਾ ਆਉਣ, ਥੋੜ੍ਹਾ ਟਾਈਮ ਗੈਪ ਪਾ ਦੇਣ ਉਹਦੇ ਵਿੱਚ, ਤਾਂ ਕਿ ਜਿਹੜਾ ਵੀ ਉੱਥੇ ਆਸਥਾ ਦੇ ਨਾਲ ਆਉਂਦਾ ਉਹ 4-5 ਜਾਣਿਆਂ ਤੋਂ ਉੱਪਰ ਜਿਹੜਾ ਇੱਕ ਗਰੁੱਪ 'ਚ ਨਾ ਆਵੇ, ਅਤੇ ਜਦੋਂ ਕੋਈ ਆਉਂਦਾ ਵੀ ਆ ਤਾਂ ਉਹਨਾਂ ਨੂੰ ਜਿਹੜਾ ਹੈਗਾ ਮੇਨ ਦਰਵਾਜ਼ੇ ਤੋਂ ਹੀ ਉਹਨਾਂ ਨੂੰ ਰਿਕੁਐਸਟ ਕੀਤੀ ਜਾਵੇ ਕਿ ਉਹ ਥੋੜ੍ਹਾ ਡਿਸਟੈਂਸ ਬਣਾ ਕੇ ਮੱਥਾ ਟੇਕਣ ਜਾਣ। ਸਰ, ਸੋਸ਼ਲ ਮੀਡੀਆ 'ਤੇ ਕਾਫੀ ਅਫਵਾਹਾਂ ਆ ਰਹੀਆਂ ਕਿ ਗਰਮੇ ਰਹੋ, ਕਿ ਆ ਛਿੜਕਾਅ ਹੋਊਗਾ ਦਵਾਈ ਦਾ, ਕਿਸ ਤਰ੍ਹਾਂ ਦੀ ਅਪੀਲ ਹੈ ਲੋਕਾਂ? ਦੇਖੋ, ਘਰ ਦੇ ਵਿੱਚ ਰਹਿਣਾ ਤਾਂ ਇੱਕ ਬਹੁਤ ਜ਼ਰੂਰੀ ਆ, ਟਾਈਮ ਫੋਰ ਦੀ ਟਾਈਮ ਬੀਂਗ ਨਾ, ਤੁਸੀਂ ਮੰਨ ਕੇ ਚੱਲੋ ਜੇ ਮੈਂ ਆ ਤੁਸੀਂ ਉਹ ਕੋਈ ਵੀ ਆਦਮੀ ਹੋਰ ਆ ਜਿਹਨੂੰ ਪਤਾ ਵੀ ਮੈਂ ਇਸ ਕਮਰੇ ਤੋਂ ਬਾਹਰ ਗਿਆ ਤਾਂ ਮੇਰੀ ਮੌਤ ਆ, ਅਤੇ ਫਿਰ ਜੇ ਮੈਂ ਫਿਰ ਵੀ ਬਾਹਰ ਜਾਣਾ, ਇਟ ਮੀਨਸ ਆਈ ਐਮ ਕਮਿਟਿੰਗ ਸੁਸਾਈਡ। ਸੋ ਘਰ ਦੇ ਵਿੱਚ ਰਹਿਣ ਦੇ ਨਾਲ, ਇਤਿਹਾਸ ਦੇ ਨਾਲ ਇਹ ਆ ਵੀ ਇਹ ਜਿਹੜਾ ਇੱਕ ਵਕਤ ਆ, ਜਿਹੜਾ ਇੱਕ ਫੇਸ ਆ, ਇਹ ਨਿਕਲ ਜਾਊਗਾ। ਸੋ ਇਹੋ ਰਿਕੁਐਸਟ ਆ ਵੀ ਘਰ ਦੇ ਵਿੱਚ ਹੀ ਰਹੋ। ਅਫਵਾਹੀ ਫੈਲ ਰਹੀ ਹੈ, ਅਫਵਾਹ ਜਿਹੜੇ ਲੋਕ ਫੈਲਾਉਂਦੇ ਆ, ਜੇ ਕੋਈ ਇਹੋ ਜਿਹਾ ਸਾਨੂੰ ਕੋਈ ਇਹੋ ਜਿਹਾ ਪਤਾ ਲੱਗ ਗਿਆ ਕਿ ਉਹਨੇ ਅਫਵਾਹ ਫੈਲਾਈ ਹੈ, ਵੀ ਵਿਲ ਟੇਕ ਲੀਗਲ ਐਕਸ਼ਨ। ਬਟ ਅਸੀਂ ਨਾਲ ਨਾਲ ਲੋਕਾਂ ਦੀ ਅਵੇਅਰਨੈਸ ਵਾਲੇ ਅਸੀਂ ਵੀ ਪੂਰੀ ਕੰਪੇਨ ਚਲਾ ਰੱਖੀ ਹੈ,
ਥਾਣਾ ਲੈਵਲ 'ਤੇ ਚੌਂਕੀ ਲੈਵਲ 'ਤੇ ਪੂਰੇ ਅਸੀਂ ਵੱਡੇ ਵੱਡੇ ਪੋਸਟਰ ਲਾਏ ਹੋਏ ਆ ਥਾਣਿਆਂ 'ਚ, ਮੇਰੇ ਦਫ਼ਤਰ ਜਦੋਂ ਕੋਈ ਜਾਂਦਾ ਸੀ ਉਹਨਾਂ ਨੂੰ ਪੈਂਫਲੈਟ ਵੀ ਦੇ ਰਹੇ ਹਾਂ, ਸਿੰਪਲ ਲੈਂਗੁਏਜ 'ਚ ਲਿਖੇ ਹੋਏ ਆ, ਹਿੰਦੀ ਇੰਗਲਿਸ਼ ਪੰਜਾਬੀ ਤਿੰਨੇ ਲੈਂਗੁਏਜਿਸ ਨੇ, ਤਾਂ ਕਿ ਜਿਹਨੂੰ ਵੀ ਉਹ ਪੜ੍ਹਨੀ ਆਉਂਦੀ ਹੋਵੇ ਕੋਈ ਵੀ ਲੈਂਗੁਏਜ ਉਹ ਪੜ੍ਹ ਲਏ, ਉਹਦੇ 'ਚ ਕਲੀਅਰ ਕਲੀਅਰ ਲਿਖਿਆ ਹੋਇਆ ਵਾ, ਉਹਦੇ 'ਚ ਕੋਈ ਲੰਮਾ ਇਹਦੇ 'ਚ ਇਤਿਹਾਸ ਇਹਦੇ 'ਚ ਕੋਈ ਬਹੁਤ ਵੱਡੀਆਂ ਚੀਜ਼ਾਂ ਨਹੀਂ ਹੈਗੀਆਂ। ਸੈਨੇਟਾਈਜ਼ਰ ਇਹ ਉਹ ਆਪਾਂ ਇਹ ਕਹਿ ਤਾਂ ਰਹੇ ਹਾਂ, ਬਟ ਮੇਨ ਚੀਜ਼ ਹੈਗੀ ਅੰਦਰ ਰਹਿਣੀ। ਸਰ ਜੈਸੇ ਸੈਨੇਟਾਈਜ਼ਰ ਜਾਂ ਮਾਸਕ ਕੀ ਬਾਤ ਕੀ ਜਾਏ ਤੋ ਕਾਲਾ ਬਾਜ਼ਾਰੀ ਕੀ ਕਾਫੀ ਸ਼ਿਕਾਇਤਾਂ ਆ ਰਹੀਆਂ, ਤਾਂ ਉਸਕੇ ਲਈ ਡਿਪਾਰਟਮੈਂਟ ਕਿਆ ਕਰ ਰਿਹਾ? ਦੇਖੋ ਜਿੱਥੇ ਵੀ ਕੋਈ ਕਾਲਾ ਬਾਜ਼ਾਰੀ ਵਾਲੀ ਗੱਲ ਪਤਾ ਲੱਗਦੀ ਆ ਜਾਂ ਸਾਡੇ ਨੋਟਿਸ 'ਚ ਆਊਗੀ, ਵੀ ਵਿਲ ਟੇਕ ਐਕਸ਼ਨ। ਜਿਹੜਾ ਐੱਮ ਆਰ ਪੀ ਆ ਉਸ ਪ੍ਰਾਈਜ਼ ਮੁਤਾਬਕ ਹੀ ਇਹ ਸੇਲ ਕਰ ਸਕਦੇ ਆ। ਜੇ ਕਿਸੇ ਨੇ ਇਹੋ ਜਿਹੀ ਗੱਲ ਕੀਤੀ ਆ, ਜੇ ਡੀ ਸੀ ਸਾਹਿਬ ਨੇ ਇਹਨਾਂ ਦੀ ਮੀਟਿੰਗ ਵਗੈਰਾ ਮੰਗਾਈ ਆ, ਬੁਲਾਈ ਆ ਕਿ ਇਹਨਾਂ ਨੂੰ ਇੱਕ ਵਾਰ ਆਗਾਹ ਕਰ ਦਿੱਤਾ ਜਾਵੇ ਵੀ ਇਸ ਇਹੋ ਜਿਹੇ ਟਾਈਮ 'ਤੇ ਕਾਲਾ ਬਾਜ਼ਾਰੀ ਕਰਨਾ, ਇਹ ਸਿਰਫ ਇਹਦਾ ਮਤਲਬ ਇਹ ਆ ਵੀ ਕੋਹੜ ਪੈਣ ਵਾਲੀ ਗੱਲ ਆ ਵੀ ਜਿਹੜਾ ਬੰਦਾ ਇਹੋ ਜਿਹੇ ਮੌਕੇ 'ਤੇ ਜਦੋਂ ਕਿ ਇੱਕ ਹਿਊਮੈਨਿਟੀ ਵਾਸਤੇ ਚੰਗਾ ਕੰਮ ਕਰਨਾ ਹੋਵੇ ਅਤੇ ਉਦੋਂ ਬੰਦਾ ਆਪਦਾ ਉਹ ਲਾਲਚ ਵਿਖਾਵੇ, ਅਤੇ ਉਸ ਤੋਂ ਮਾੜੀ ਗੱਲ ਹੀ ਕੋਈ ਨਹੀਂ ਆਵਾ।